ਆਪਣੀ ਜ਼ਿੰਮੇਵਾਰੀ ਹੋਊਗੀ ਜਿੱਦਾਂ ਦੀ ਉਹ ਗੱਡੀ ਖੜਾ ਕੇ ਜਾਣਗੇ ਜਿਹੜੇ ਵੀ ਸੈਂਸਰ ਉਹਨਾਂ ਦੇ ਚੱਲਦੇ ਹੋਣਗੇ ਵਰਕਿੰਗ ਹੋਣਗੇ ਵੀ ਓਦਾਂ ਹੀ ਆਪਾਂ ਉਹਨਾਂ ਨੂੰ ਦੇਣੀ ਹੈ ਸੇਮ ਦੀ ਸੇਮ ਉਹਨਾਂ ਨੂੰ ਗੱਡੀ ਡਿਲੀਵਰ ਮਿਲੂਗੀ ਕਿਸੇ ਵੀ ਚੀਜ਼ ਦੀ ਕੋਈ ਘੱਟ ਵਰਤਦੇ ਹੋ ਹਾਂਜੀ ਸਾਰੇ ਫੋਰਨ ਦੇ ਪ੍ਰੋਡਕਟ ਨੇਗੇ ਯਾਨੀ ਕਿ USA ਮੇਡ ਵੀ ਹੁੰਦੇ ਹੈਗੇ ਜੈਪਨੀਜ਼ ਹੋ ਗਏ ਇਟਾਲੀਅਨ ਹੋ ਗਏ ਯਾਨੀ ਕਿ ਆਊਟ ਆਫ ਕੰਟਰੀ ਤੋਂ ਆਪਾਂ ਸਾਰੇ ਪ੍ਰੋਡਕਟ ਐਕਸਪੋਰਟ ਕਰਦੇ ਹਾਂ ਹਾਂਜੀ ਇਹ ਤੁਸੀਂ PPF ਕਰੀ ਹੋਈ ਹੈ ਹਾਂਜੀ ਹਾਂਜੀ PPF ਕੀਤੀ ਆਪਾਂ 7 ਸਾਲ ਦੀ ਵਾਰੰਟੀ ਵਾਲੀ PPF ਕੀਤੀ ਹੈਗੀ 7 ਸਾਲ ਦੀ ਵਾਰੰਟੀ ਵਾਲੀ ਤੁਸੀਂ ਇਹਦੇ PPF ਕੀਤੇ ਤੇ ਆ ਮਤਲਬ ਹੁਣ ਮੀਂਹ ਪੈਂਦਾ ਸੀ ਅੱਜ ਯਾਨੀ ਕਿ ਉਹ ਵੀ ਮੀਂਹ ਖੜਾ ਪਾਣੀ ਖੜਾ ਹੈਗਾ ਹਾਂਜੀ ਹਾਂ ਇਹਦਾ ਯਾਨੀ ਕਿ ਕੋਈ ਵੀ ਚੀਜ਼ ਆਪਾਂ ਕਹਿ ਦਈਏ ਤਾਂ ਡ੍ਰੌਪਸ ਵਗੈਰਾ ਜੰਮਦੇ ਨਹੀਂ ਹੈਗੇ ਇਹਦਾ ਰਿਜ਼ਲਟ ਬਹੁਤ ਵਧੀਆ ਹੈਗਾ ਜੇ ਤੁਸੀਂ ਵੀ ਆਪਣੀ ਕੋਈ ਗੱਡੀ ਨਵੀਂ ਲੈ ਕੇ ਆਏ ਹੋ ਇੱਕ PPF ਕਰਵਾ ਕੇ ਤੁਹਾਡੀ ਗੱਡੀ ਸਕ੍ਰੈਚਾਂ ਤੋਂ ਬਚ ਜਾਂਦੀ ਹੈਗੀ ਮਤਲਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਵੀਡੀਓ ਦੇ ਵਿੱਚ ਤੇ ਜੇ ਕਿਸੇ ਸੱਜਣ ਮਿੱਤਰ ਨੇ ਝਾਂਸੀ ਤੋਂ ਹੁਣੇ ਨਵੀਂ ਨਵੀਂ ਗੱਡੀ ਕਢਾਈ ਆ ਠੀਕ ਆ ਉਹਦੇ PPF ਕਰਵਾਉਣੀ ਹੈ ਤਾਂ ਇੱਕ ਵਾਰੀ ਮੇਰੇ ਕਹੇ ਤੇ ਇੱਥੇ ਜ਼ਰੂਰ ਆਇਓ ਮੇਰੇ ਵੀਰੇ ਕੋਲੇ ਗਗਨੇ ਕੋਲੇ ਤੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਕੀ ਕੰਮ ਕਰਦੇ ਤੇ ਆਪਾਂ ਸਾਰਾ ਕੁਝ ਦੱਸ ਦੇਣਾ ਸੱਜਣਾਂ ਨੂੰ ਆਪਾਂ ਗੱਡੀਆਂ ਦੇ ਰਿਲੇਟਡ ਵਾਸ਼ਿੰਗ ਦਾ ਹੋ ਗਿਆ ਕੋਟਿੰਗ ਦਾ ਹੋ ਗਿਆ ਤੇ PPF ਹੋ ਗਿਆ ਯਾਨੀ ਕਿ ਜਦੋਂ ਗੱਡੀ ਏਜੰਸੀ ਚੋਂ ਨਿਕਲਦੀ ਆ ਇਸ ਤੋਂ ਬਾਅਦ ਵਾਲਾ ਪ੍ਰੋਸੈਸ ਸਾਰਾ ਆਪਣੇ ਕੋਲ ਸਾਰੀਆਂ ਫੈਸਿਲਿਟੀਆਂ ਨੇਗੀਆਂ ਮਤਲਬ ਜਦੋਂ ਗੱਡੀ ਮਤਲਬ 5-7 ਸਾਲ ਮਤਲਬ ਉਹੀ ਜਿਹੀ ਰਹਿੰਦੀ ਹੈ ਜਿਹੋ ਜਿਹੀ ਏਜੰਸੀ 'ਚ ਆਉਂਦੀ ਹੈ ਇਹ ਏਜੰਸੀ 'ਚ ਆਉਂਦੀ ਹੈਗੀ ਬਟ ਇੱਕ ਵਾਰੀ ਲੋਕੇਸ਼ਨ ਦੱਸ ਦਈਏ ਆਪਾਂ ਉਹ ਸੰਘੇੜੇ ਦਾ ਮੇਨ ਅੱਡਾ ਆ ਗਿਆ ਉੱਥੇ ਮੈਂ ਕੈਮਰਾ ਮਾਰ ਦੇ ਉਹ ਸੰਘੇੜੇ ਦਾ ਮੇਨ ਅੱਡਾ ਆ ਗਿਆ ਤਾਂ ਉਹ ਤੋਂ ਥੋੜ੍ਹਾ ਜਿਹਾ ਯੂਰਾਂ ਆ ਗਿਆ ਟਰੂ ਵਾਈਪ ਕਾਰ ਵਾਸ਼ਿੰਗ ਅਤੇ ਇੱਥੇ ਆਉਣਾ ਹੈਗਾ ਅਤੇ ਹੁਣ ਆਪਾਂ ਨਾਲ ਨਾਲ ਹੁਣ ਸਾਰੇ ਕੁਛ ਦੱਸ ਦਿੰਦੇ ਨਾਲੇ ਦਿਖਾ ਦਿੰਦੇ ਹਾਂ ਆਪਾਂ ਜਿਵੇਂ ਆ ਗੱਡੀ ਆਪਣੇ ਕੋਲ ਓਡੀ ਕਾਰ ਆਈ ਹੈਗੀ ਇਹ ਚਾਰ ਕੜਿਆਂ ਵਾਲੀ ਆਈ ਆ ਓਡੀ ਹਾਂਜੀ ਜਿਵੇਂ ਪੰਜਾਬੀ ਕਹਿੰਦੇ ਜਿਹੜੇ ਚਾਰ ਕੜਿਆਂ ਵਾਲੀ ਹਾਂਜੀ ਇਹ ਗੱਡੀ ਆਪਣੇ ਕੋਲ ਸੈਰਾਮਿਕ ਕੋਟਿੰਗ ਦੇ ਲਈ ਆਈ ਹੈਗੀ ਠੀਕ ਹੈ ਵੀ ਇਹ ਆਪਾਂ ਕੋਟਿੰਗ ਕਰਨੀ ਆ ਪਲੱਸ ਡਰਾਈ ਕਲੀਨ ਕਰਨੀ ਆ ਗੱਡੀ ਇਹ ਠੀਕ ਆ ਇਹਦੇ ਤੇ ਯਾਨੀ ਕਿ ਪੁਰਾਣੀ ਕਾਰ ਆ ਗਈ ਇਹਦੀ ਜਮਾ ਜਿਹੜੀ ਚਮਕ ਆ ਗਈ ਨਵੀਂ ਦੀ ਤਰ੍ਹਾਂ ਬਣ ਜਾਊਗੀ ਜਮਾ ਨਵੀਂ ਬਣ ਇਹ ਮਤਲਬ ਬਈ ਕਿੰਨੇ ਕੁ ਸਾਲ ਪੁਰਾਣੀ ਗੱਡੀ ਹੋਊ ਇਹ 10 ਸਾਲ ਪੁਰਾਣੀ ਗੱਡੀ ਹੋਊਗੀ ਨਿਕਲੋਗੇ ਸ਼ੋਰੂਮ ਵਾਲੀ ਗੱਡੀ ਬਣ ਕੇ ਸ਼ੋਰੂਮ ਕੰਡੀਸ਼ਨ ਗੱਡੀ ਇਥੋਂ ਬਣ ਕੇ ਹਾਂਜੀ ਹਾਂ ਇੱਕ ਬਾਈ ਇੱਕ ਐ ਦੱਸੋ ਹੁਣ ਜਿਵੇਂ ਗੱਡੀ ਮਹਿੰਗੀ ਆ ਗਈ ਓਡੀ ਹਾਂਜੀ ਹਾਂਜੀ ਇਹਦੇ ਸੈਂਸਰ ਵਗੈਰਾ ਖਾਸ ਹੁੰਦੇ ਨੇ ਬਹੁਤ ਜ਼ਿਆਦਾ ਸੈਂਸਰ ਜਿਵੇਂ ਆ ਤੁਸੀਂ ਪਲੱਗ ਵਗੈਰਾ ਸਾਰਾ ਕੁਝ ਆਪਾਂ ਕੱਢੀ ਬੈਠਿਆ ਉਰੇ ਇਹ ਸੈਂਸਰ ਵਾਲੀਆਂ ਗੱਡੀਆਂ ਹੁੰਦੇ ਨੇ ਜਿਹੜੀਆਂ ਵੱਡੀਆਂ ਗੱਡੀਆਂ ਦੇ ਵਿੱਚ ਆ ਗਿਆ ਹਾਂ ਬਈ ਤੇ ਇਹਨਾਂ ਦੇ ਵਿੱਚ ਕੀ ਹੈਗਾ ਆਪਾਂ ਨਾਰਮਲ ਬੰਦਾ ਇਹਨਾਂ ਨੂੰ ਸੀਟਾਂ ਵਗੈਰਾ ਕੁਝ ਪੱਟ ਨਹੀਂ ਸਕਦਾ ਆਪ ਸਾਰਾ ਕੁਝ ਪੱਟੀ ਬੈਠੇ ਤੁਸੀਂ ਤਾਂ ਆਪਣੀ ਜਿਹੜੀ ਟੀਮ ਆ ਗਈ ਪ੍ਰੋਫੈਸ਼ਨਲ ਆਪਣੇ ਬੰਦੇ ਕੰਮ ਕਰਦੇ ਆਗੇ ਪ੍ਰੋਫੈਸ਼ਨਲ ਟੀਮ ਆ ਗਈ ਆਪਣੀ A to Z ਉਹਨਾਂ ਦੀ ਡਿਗਰੀਆਂ ਵਗੈਰਾ ਕਰੀਆਂ ਹੋਈਆਂ ਨੇ ਹਰੇਕ ਪਲੱਗ ਨੂੰ ਕੱਢਣ ਤੱਕ ਤੇ ਆਪਣੀ ਜ਼ਿੰਮੇਵਾਰੀ ਹੋਊਗੀ ਜ਼ਿੰਮੇਵਾਰੀ ਹੋਊਗੀ ਜਿੱਦਾਂ ਦੀ ਉਹ ਗੱਡੀ ਖੜਾ ਕੇ ਜਾਣਗੇ ਜਿਹੜੇ ਵੀ ਸੈਂਸਰ ਉਹਨਾਂ ਦੇ ਚੱਲਦੇ ਹੋਣਗੇ ਵਰਕਿੰਗ ਹੋਣਗੇ ਵੀ ਓਦਾਂ ਹੀ ਆਪਾਂ ਉਹਨਾਂ ਨੂੰ ਦੇਣੀ ਹੈ ਸੇਮ ਦੀ ਸੇਮ ਉਹਨਾਂ ਨੂੰ ਗੱਡੀ ਡਿਲੀਵਰ ਮਿਲੂਗੀ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕੋਈ ਵੀ ਗੱਡੀ ਹੋਵੇ ਤੁਸੀਂ ਬੇਝਿਜਕ ਹੋ ਕੇ ਆਪਣੇ ਤੋਂ ਗੱਡੀ ਡਰਾਈ ਕਲੀਨ PPF ਸੈਰਾਮਿਕ ਕੋਟਿੰਗ ਕਰਵਾ ਸਕਦੇ ਹੋ ਇੱਕ ਬਾਈ ਜਿਵੇਂ ਆ ਪ੍ਰੋਡਕਟ ਪਏ ਨੇ ਉਰੇ ਹਾਂਜੀ ਇਹ ਆਪਾਂ ਤੁਸੀਂ ਇਹ ਪ੍ਰੋਡਕਟ ਵਰਤਦੇ ਹੋ ਹਾਂਜੀ ਸਾਰੇ ਫੋਰਨ ਦੇ ਪ੍ਰੋਡਕਟ ਨੇਗੇ ਯਾਨੀ ਕਿ USA ਮੇਡ ਵੀ ਹੁੰਦੇ ਹੈਗੇ ਜੈਪਨੀਜ਼ ਹੋ ਗਏ ਇਟਾਲੀਅਨ ਹੋ ਗਏ ਯਾਨੀ ਕਿ ਆਊਟ ਆਫ ਕੰਟਰੀ ਤੋਂ ਆਪਾਂ ਸਾਰੇ ਪ੍ਰੋਡਕਟ ਐਕਸਪੋਰਟ ਕਰਦੇ ਹਾਂ ਲੋਕਲ ਆਪਾਂ ਕੋਈ ਨਹੀਂ ਵਰਤਦੇ ਲੋਕਲ ਪ੍ਰੋਡਕਟ ਆਪਾਂ ਯੂਜ਼ ਨਹੀਂ ਕਰਦੇ ਹੈਗੇ ਠੀਕ ਆ ਤੇ ਇਹ ਪ੍ਰੋਡਕਟਾਂ ਨਾਲ ਹੀ ਇੱਥੋਂ ਗੱਡੀ ਨਵੀਂ ਹੋ ਕੇ ਨਿਕਲਣੀ ਆ ਹਾਂਜੀ ਹਾਂ ਇਹ ਪ੍ਰੋਡਕਟ ਆਪਾਂ ਕਿਉਂਕਿ ਕੋਈ ਵੀ ਕਾਰ ਆ ਗਈ ਆਪਾਂ ਕਸਟਮਰ 20-25 ਲੱਖ ਰੁਪਏ ਲਾ ਆਉਂਦਾ ਤਾਂ ਪ੍ਰੋਡਕਟ ਵੀ ਉੱਥੇ ਵਧੀਆ ਯੂਜ ਕਰਕੇ ਫਿਰ ਹੀ ਇੱਕ ਗੱਡੀ ਦਾ ਰਿਜ਼ਲਟ ਮਿਲਦਾ ਵਧੀਆ ਦਾ ਹਾਂ ਤੇ ਆਪਣੀ ਆ ਸਕਾਰਪੀਓ ਨੇ ਖੜੀ ਆ ਹਾਂਜੀ ਇਹਦੀ ਤੁਸੀਂ PPF ਕਰੀ ਹੋਈ ਆ
ਹਾਂਜੀ ਹਾਂਜੀ ਪੀਪੀਐਫ ਕੀਤੀ ਆਪਾਂ 7 ਸਾਲ ਦੀ ਵਾਰੰਟੀ ਵਾਲੀ ਪੀਪੀਐਫ ਕੀਤੀ ਹੈਗੀ 7 ਸਾਲ ਦੀ ਵਾਰੰਟੀ ਵਾਲੀ ਤੁਸੀਂ ਇਹਦੇ ਪੀਪੀਐਫ ਕੀਤੇ ਤੇ ਆ ਮਤਲਬ ਹੁਣ ਮੀਂਹ ਪੈਂਦਾ ਸੀ ਅੱਜ ਜਾਨੀ ਕਿ ਉਹ ਵੀ ਮੀਂਹ ਖੜਾ ਪਾਣੀ ਖੜਾ ਹੈਗਾ ਹਾਂਜੀ ਹਾਂ ਇਹਦਾ ਜਾਨੀ ਕਿ ਕੋਈ ਵੀ ਚੀਜ਼ ਆਪਾਂ ਕਹਿ ਦਈਏ ਤਾਂ ਡ੍ਰੌਪਸ ਵਗੈਰਾ ਜੰਮਦੇ ਨਹੀਂ ਹੈਗੇ ਇਹਦਾ ਰਿਜ਼ਲਟ ਬਹੁਤ ਵਧੀਆ ਹੈਗਾ ਜੇ ਤੁਸੀਂ ਵੀ ਆਪਣੀ ਕੋਈ ਗੱਡੀ ਨਵੀਂ ਲੈ ਕੇ ਆਏ ਹੋ ਇੱਕ ਪੀਪੀਐਫ ਕਰਵਾ ਕੇ ਤੁਹਾਡੀ ਗੱਡੀ ਸਕ੍ਰੈਚਾਂ ਤੋਂ ਬਚ ਜਾਂਦੀ ਹੈਗੀ ਮਤਲਬ ਜਿਵੇਂ ਆਪਣੇ ਪੰਜਾਬੀਆਂ ਨੂੰ ਆਦਤ ਹੁੰਦੀ ਹੈ ਚਾਬੀ ਘਸਾਉਣ ਦਾ ਕੋਈ ਉਹਦੇ ਨਾਲ ਸਕ੍ਰੈਚ ਪੈਂਦੇ ਉਹ ਵੀ ਨਹੀਂ ਪੈਂਦਾ ਉਹ ਵੀ ਨਹੀਂ ਪੈਂਦਾ ਜੇ ਉਹ ਕੋਈ ਘਸਾ ਵੀ ਜਾਊਗਾ ਤਾਂ ਗੱਡੀ ਜਿਹੜੀ ਇਹ ਪੀਪੀਐਫ ਆ ਸੈਲਫੀ ਹੀਲ ਪੀਪੀਐਫ ਆ ਯਾਨੀ ਕਿ ਨਾਲ ਦੀ ਨਾਲ ਹੀਲ ਹੋ ਜਾਊਗਾ ਸਕ੍ਰੈਚ ਉੱਪਰ ਸ਼ੋ ਨਹੀਂ ਕਰਦਾ ਹੈਗਾ ਠੀਕ ਆ ਬਈ ਤੇ ਇਹ ਤੋਂ ਇਲਾਵਾ ਆਪਣੇ ਕੋਲ ਵਾਸ਼ਿੰਗ ਦਾ ਹੈ ਨਾ ਵਾਸ਼ਿੰਗ ਦੀ ਫੈਸਿਲਿਟੀ ਵੀ ਹੈਗੀ ਆ ਪ੍ਰੋਪਰ ਡਿਟੇਲਿੰਗ ਦੀ ਲਾ ਲਓ ਤੁਸੀਂ ਤੇ ਫੋਮ ਵਾਸ਼ ਕਰਦੇ ਆਪਾਂ ਫੋਮ ਇੱਧਰ ਮਤਲਬ ਇੱਧਰ ਤੁਹਾਡਾ ਵਾਸ਼ਿੰਗ ਏਰੀਆ ਆ ਗਿਆ ਸਾਰਾ ਵਾਸ਼ਿੰਗ ਏਰੀਆ ਆ ਗਿਆ ਆਪਣਾ ਜੇ ਇੱਕ ਟਾਈਮ ਤੇ 3 ਗੱਡੀਆਂ ਵੀ ਆ ਜਾਂਦੇ ਨੇ ਆਪਾਂ 3 ਗੱਡੀਆਂ ਵੀ ਕੱਢ ਦਿੰਨੇ ਆਂਗੇ ਇੱਕੇ ਟਾਈਮ ਵਾਸ਼ ਕਰ ਦਾਂਗੇ ਟਾਈਮ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਆਉਣ ਸਾਰ ਤੁਹਾਡੀ ਵਾਰੀ ਆ ਜਾਊਗੀ ਤੇ ਬੈਠਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਤੇ ਪ੍ਰੋਪਰ ਆਪਾਂ ਸਹੀ ਟਾਈਮ ਤੇ ਆਪਾਂ ਗੱਡੀ ਕਰਕੇ ਦਿੰਨੇ ਆਂਗੇ ਤੇ ਇੱਕ ਵੀਰੇ ਮਤਲਬ ਜੇ ਕਿਸੇ ਹੁਣ ਸੱਜਣ ਮਿੱਤਰ ਆਉਂਦਾ ਹੈਗਾ ਤਾਂ ਆਪਾਂ ਨੂੰ ਗੱਡੀ ਕਿੰਨੇ ਟਾਈਮ ਚ ਦੇ ਦਾਂਗੇ ਕੋਈ ਦੂਰੋਂ ਆਉਂਦਾ ਜੇ ਕੋਈ ਦੂਰੋਂ ਆਪਣੇ ਕੋਲੇ ਡਰਾਈ ਕਲੀਨ ਦੇ ਲਈ ਆਉਂਦਾ ਜਾਂ ਆਪਾਂ ਕਹਿ ਦਿੰਨੇ ਆ ਰਬਿੰਗ ਦੇ ਲਈ ਆਉਂਦਾ ਕੰਪਾਊਂਡਿੰਗ ਦੇ ਲਈ ਆਉਂਦਾ ਤਾਂ ਆਪਾਂ ਬੁਕਿੰਗ ਕਰਾ ਕੇ ਕਸਟਮਰ ਆਉਂਦਾ ਆਪਣੇ ਕੋਲੇ ਤਾਂ ਆਪਾਂ ਸੇਮ ਡੇ ਗੱਡੀ ਡਿਲੀਵਰ ਕਰ ਦਿੰਨੇ ਆਂਗੇ ਮਤਲਬ ਪਹਿਲਾਂ ਬੁਕਿੰਗ ਕਰਵਾਉਣੀ ਪਊ ਪਹਿਲਾਂ ਬੁਕਿੰਗ ਕਰਵਾਉਣੀ ਪਊਗੀ ਤਾਂ ਜੋ ਆਪਾਂ ਉਸ ਹਿਸਾਬ ਨਾਲ ਪ੍ਰਪੇਅਰ ਰਹਿ ਸਕੀਏ ਆਪਾਂ ਸ਼ਾਮ ਤੱਕ ਗੱਡੀ ਡਿਲੀਵਰ ਕਰ ਦਿੰਦੇ ਹਾਂਗੇ ਨੋਰਮਲੀ ਜਿਹੜੇ ਵਾਸ਼ਿੰਗ ਸਟੇਸ਼ਨ 2-3 ਦਿਨ ਲਾ ਦਿੰਦੇ ਆ ਗੱਡੀ ਨੂੰ ਬਟ ਆਪਾਂ ਸੇਮ ਡੇ ਆਪਾਂ ਗੱਡੀ ਡਿਲੀਵਰ ਕਰ ਦਿੰਦੇ ਹਾਂਗੇ ਇੱਕ ਇੱਥੇ ਤੁਹਾਡੇ ਕੋਲੇ ਰਹਿਣ ਸਹਿਣ ਦਾ ਸਾਰਾ ਕੋਈ ਪ੍ਰਬੰਧ ਹੈਗਾ ਬਾਕੀ ਸਾਰੀ ਵਾਈਫਾਈ ਦੀ ਫੈਸਿਲਿਟੀ ਮਿਲ ਜੂਗੀ ਵਾਸ਼ਰੂਮ ਬਾਕੀ ਕਿਚਨ ਵਗੈਰਾ ਕੋਈ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਰੈਸਟ ਏਰੀਆ ਹੁੰਦਾ ਸਾਰਾ ਰੈਸਟ ਸਾਰਾ ਜਾਨੀ ਕਿ ਏਸੀ ਦੀ ਗਰਮੀਆਂ ਦੇ ਵਿੱਚ ਕੋਈ ਆਉਂਦਾ ਗੈਸਟ ਆਉਂਦਾ ਤਾਂ ਆਪਾਂ ਏਸੀ ਦੀ ਫੈਸਿਲਿਟੀ ਵੀ ਮਿਲ ਜੂਗੀ ਸਾਰੀਆਂ ਫੈਸਿਲਿਟੀਆਂ ਆਪਣੇ ਕੋਲ ਅਵੇਲੇਬਲ ਨੇਗੀਆਂ ਲਓ ਵੀ ਸੱਜਣੋ ਜਿਨ੍ਹਾਂ ਨੇ ਹੁਣ ਕੋਈ ਨਵੀਂ ਗੱਡੀ ਕਢਾਈ ਆ ਜਾਂ ਕੋਈ ਤੁਸੀਂ ਆਪਦੀ ਪੁਰਾਣੀ ਗੱਡੀ ਨਵੀਂ ਵਰਗੀ ਗੱਡੀ ਕਰਨੀ ਆ ਤਾਂ ਜ਼ਰੂਰ ਪਹੁੰਚੋ ਇੱਥੇ ਟਰੂ ਵਾਈਬ ਰੈਕੋਟ ਰੋਡ ਸੰਘੇੜਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਮਿਹਰਬਾਨੀ।